ਇਹੋ ਹਰਿ ਰਾਸੋ ਪਾਵੈ ਜਾਨੁ ਕੋਇ। ਵਾਹਿਗੁਰੂ ਜੀ ਆਪਣੇ ਪ੍ਰੇਮੀ ਸੇਵਕ ਤੇ ਜੋ ਉਹ ਧਨਵੰਤੋ ਕੁਲਵੰਤੋ ਪਤਵੰਤੋ ਜੀਵਨ ਮੁਕਤ ਜੈਸੋ ਹਿਰਦੈ ਭਗਵੰਤੋ ਮਹਾਨ ਉੱਚੀ ਗੁਰਮੁਖ ਸਨਮੁਖ ਅਵਸਥਾ ਵਾਲੀ ਬਖਸ਼ਿਸ਼ ਕਰਦੇ ਹਨ ਸੋ ਫਰਮਾ ਰਹੇ ਹਨ। ਪਰਮ ਪੂਜਨੀਕ ਸੱਚੇ ਸਤਿਗੁਰੂ ਸਾਹਿਬ ਜੀ ਪੂਰਨ ਸਿਮਰਨ ਪ੍ਰੇਮਾ ਭਗਤੀ ਕਰਨ ਵਾਲੇ ਅੰਮ੍ਰਿਤ ਗੁਰ ਸ਼ਬਦ ਕਥਾ ਕੀਰਤਨ ਨਿਤਨੇਮ ਗੁਰਬਾਣੀ ਜੀ ਦਾ ਖੂਬ ਅਭਿਆਸ ਕਰਨ ਕਰਾਉਣ ਵਾਲੇ ਆਪਣੇ ਪਿਆਰੇ ਗੁਰਸੇਵਕ ਜੀ ਦੇ ਹਿਰਦੇ ਚੋਂ ਅੰਮ੍ਰਿਤ ਮੁਖ ਚ ਹਰ ਸਮੇਂ ਭੇਜਦੇ ਰਹਿੰਦੇ ਹਨ। ਗੁਰਪ੍ਰਸਾਦ ਦੇ ਹਿਰਦੇ ਚੋਂ ਅੰਮ੍ਰਿਤ ਰਸ ਉੱਠ ਕੇ ਮੁਖ ਚ ਨਿਰਯਤਨ ਆਉਣ ਵਾਲੇ ਇਹੋ ਹਾਰੇ ਵਾਹਿਗੁਰੂ ਜੀ ਦੇ ਬ੍ਰਹਮਣ ਰਾਸ ਨੂੰ ਕੋਈ ਵਿਰਲੇ ਗੁਰਮੁਖ ਭਗਤ ਜੀ ਹੀ ਪਾਉਂਦੇ ਹਨ। ਯਥਾ ਹਾਰੋ ਰਾਸੋ ਪੀਵੈ ਅਲਮਸਤੋ ਮਤਵਾਰਾ ਅਮਰਤੋ ਪੀਵੈ ਅਮਰੋ ਸੋ ਹੋਏ। ਪੰਜਾਂ ਪਿਆਰਿਆਂ ਦੁਆਰਾ ਖੰਡੇ ਬਾਡੇ ਦਾ ਅੰਮ੍ਰਿਤ ਛਕ ਕੇ ਗੁਰਬਾਣੀ ਸਿਮਰਨ ਅਭਿਆਸ ਦੁਆਰਾ ਗੁਰਾਂ ਦਾ ਬਖਸ਼ਿਆ ਅੰਮ੍ਰਿਤ ਹਿਰਦੇ ਚੋਂ ਉੱਠ ਕੇ ਮੁਖ ਚਾਉਣ ਤੋਂ ਜਿਹੜੇ ਗੁਰਮੁਖ ਜਨ ਸਦਾ ਅੰਮ੍ਰਿਤ ਤੋਂ ਪੀਂਦੇ ਹਨ ਉਹ ਗੁਰੂ ਪਿਆਰੇ ਸਚਿਆਰੇ ਨਿਰਾਰੇ ਅਮਾਰੋ ਮਰਨ ਰਹਿਤ ਹੋ ਜਾਂਦੇ ਹਨ। ਯਥਾ ਪੀ ਅੰਮ੍ਰਿਤ ਤੋਂ ਆਗਾਨਿਆ ਗੋਰੇ ਅਮਰ ਕਰਾਇਆ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਾਨੇ ਪ੍ਰਗਟੇ ਗੁਣਤਾਸ ਜਿਸ ਗੁਰਮੁਖ ਪਿਆਰੇ ਸਚਿਆਰੇ ਗੁਰੂ ਜੀ ਦੇ ਤਾਰੇ ਅਪਾਰੇ ਨਰਾਰੇ ਦੇ ਮਨ ਚ ਸਭ ਗੁਣ ਕਿਸੀ ਨਾ ਹੈ ਹਾਰੇ ਪੂਰ ਭੰਡਾਰੀਆ ਅਨੁਸਾਰ ਗੁਣਤਾਸ ਸਤ ਸੰਤੋਖ ਦਇਆ ਧਰਮ ਨਿਮਰਤਾ ਸਹਿਣਸ਼ੀਲਤਾ ਗਰੀਬੀ ਪ੍ਰੇਮ ਵਰਾਗ ਤਿਆਗ ਦਾ ਤਿਆਗ ਨਿਰਵਾਨਤਾ ਖਿਮਾ ਧੀਰਜ ਨਿਰਵੈਰਤਾ ਨਿਰਲੇਪਤਾ ਆਦਿ ਸਰਵਵਿਆਪੀ ਮਹਾ ਬਸਮਾਦ ਅੰਤ ਸ਼ੁਭ ਗੁਣਾਂ ਦੇ ਪੂਰਨ ਭੰਡਾਰੇ ਵਾਹਿਗੁਰੂ ਜੀ ਆਪ ਪ੍ਰਗਟੇ ਹਨ। ਜਥਾ ਆਨੰਦੋ ਭਇਆ ਵਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਉ ਉਸ ਪੂਰਨ ਗੁਰਮੁਖ ਪੁਰਖ ਜੀ ਦਾ ਕਾਲ ਕਰਕੇ ਕਦੇ ਵਿਨਾਸ਼ ਨਾਸ਼ ਨਾਹੀ ਹੁੰਦਾ ਜੀ। ਜਸਾ ਨਿਹ ਚਾਲੋ ਸਾਚੋ ਖੁਦਾਏ ਏਕ ਖੁਦਾਏ ਬੰਦਾ ਅਵਿਨਾਸੀ ਥੇਰੋ ਪਾਰ ਬ੍ਰਹਮ ਪਰਮੇਸ਼ਰੋ ਸੇਵਕੋ ਥੇਰ ਹੋਸੀ ਹਰ ਕੇ ਸੇਵਕ ਜੋ ਹਾਰੇ ਭਾਏ ਤਿੰਨ ਕੀ ਕਥਾ ਨਿਰਾਰੀ ਰੇ ਆਵਹੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਅਥਵਾ ਆਤੇ ਸੁੰਦਰ ਕੁਲੀਨ ਚਤੁਰ ਮੁਖੇ ਨਿਆਨੀ ਧਨਵੰਤ ਨਿਰਤਕ ਕਹੀ ਇਹ ਨਾਨਕਾ ਜਿਹ ਪ੍ਰੀ ਤੇ ਨਹੀ ਭਗਵੰਤ ਅਨੁਸਾਰ ਕੁਕਰਮ ਕਰਨੇ ਕਰਕੇ ਉਸ ਪੁਰਖ ਕਾ ਵਾਹਿਗੁਰੂ ਜੀ ਵੱਲੋਂ ਕਦੇ ਵਿਨਾਸ਼ ਨਾਹੀ ਹੁੰਦਾ। ਆਠ ਪਹਰ ਹਰਿ ਕਾ ਨਾਮ ਲੇ ਨਾਮ ਰਸੀਏ ਗੁਰਮੁਖ ਪਿਆਰੇ ਜੀ ਆਠ ਪਹਰ ਪਰਮ ਪੂਜਨੀਕ ਧੰਨ ਵਾਹਿਗੁਰੂ ਗੁਰਤਾ ਬਿਰਾਜਮਾਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ੇ ਪਰਮ ਪਵਿੱਤਰ ਸੁਭ ਸੱਚੇ ਨਾਮ ਗੁਰ ਸ਼ਬਦ ਆਪਣੇ ਦਿਲ ਦਿਮਾਗ ਚ ਲੈਂਦੇ ਹਨ ਲੇ ਉਚਾਰਦੇ ਹਨ। ਯਥਾ ਆਠ ਪਹਰ ਜੈਸੋ ਵਿਸਰਹੇ ਨਾਹੀ ਗਤ ਹੋਵੇ ਨਾਨਕ ਤੇ ਸੋ ਲਾਗੇ ਪਾਈ ਅੰਗ 664 ਸੱਚ ਉਪਦੇਸੋ ਸੇਵਕ ਕੋ ਦੇ ਜੁਗੋ ਜੁਗੋ ਸਤ ਸਦਾ ਗੁਰਤਾ ਬਰਾਜਮਾਨ ਗੁਰੂ ਪ੍ਰੇਸ਼ ਜੀ ਨਾਲ ਜੁੜੇ ਹੋਏ ਨਾਮ ਰਸੀਏ ਅੱਠੇ ਪਹਿਰ ਅੰਮ੍ਰਿਤ ਬ੍ਰਹਮਾਨੰਦ ਰਸ ਪੀਣ ਵਾਲੇ
ਗੁਰਮੁਖ ਮਹਾਂਪੁਰਸ਼ੋ ਗੁਰੂ ਸਾਹਿਬ ਜੀ ਦੇ ਪਿਆਰੇ ਗੁਰਸੇਵਕੋ ਜੀ ਨੂੰ ਆਪਣਾ ਖਰਾ ਪਿਆਰਾ ਗੁਰ ਭਾਈ ਜਾਣ ਕੇ ਗੁਰੂ ਜੀ ਦੇ ਸੱਚੇ ਚਰਨ ਕਮਲਾਂ ਨਾਲ ਜੁੜਨ ਜੋੜਨ ਲਈ ਗੁਰ ਸ਼ਬਦ ਦਾ ਮਹਾਂਪਵਿੱਤਰ ਮਹਾਂਬਿਸਮਾਦ ਪੂਰਨ ਗੁਰੂ ਜੀ ਦੇ ਸੱਚੇ ਚਰਨ ਕਮਲਾਂ ਨਾਲ ਜੋੜਨ ਜੋੜਨ ਲਈ ਗੁਰ ਸ਼ਬਦ ਜੀ ਦਾ ਪਰਮ ਪਵਿੱਤਰ ਸ਼ੁਭ ਸਾਚੋ ਸੱਚਾ ਸਰਵਵਿਆਪੀ ਮਹਾਂਬਿਸਮਾਦ ਉਪਦੇਸ਼ੋ ਪੂਰਨ ਪਿਆਰ ਸਤਿਕਾਰ ਨਾਲ ਝੁਕ ਝੁਕ ਕੇ ਰੋਮ ਰੋਮ ਕਰਕੇ ਨਮਸਕਾਰਾਂ ਹੀ ਨਮਸਕਾਰਾਂ ਕਰਦਿਆਂ ਦੇ ਇਹ ਦਿੰਦੇ ਹਨ ਜਥਾ ਗੁਰੂ ਸੇਖੋ ਸੇਖੋ ਗੁਰੂ ਹੈ ਏਕੋ ਗੁਰ ਉਪਦੇਸ਼ੋ ਚਲਾਏ ਕੰਨਾ ਬਾਟੀ ਕੁਰੂ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ ਆਪਣਾ ਮਨ ਘੜਤ ਉਪਦੇਸ਼ ਨਹੀਂ ਦਿੰਦੇ ਜੀ ਪਿਆਰੇ ਮੋਹ ਮਾਇਆ ਕੈ ਸੰਗੇ ਨਾ ਲੇਪੋ ਮਨ ਮਹਿ ਰੱਖੈ ਹਾਰੇ ਹਰ ਏਕੋ ਜਨਮ ਮਰਨ ਦੁਹੁ ਮਹਿ ਨਾਹੀ ਜਾਣਾ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਨੇ ਹਰਿ ਸਿਉ ਲੈਣ ਮਿਲਾਏ ਅਨੁਸਾਰ ਪੂਰਨ ਪਰਉਪਕਾਰੀ ਗੁਰੂ ਪਿਆਰੇ ਸਵਾਰੇ ਸਤਿਕਾਰੇ ਗੁਰਮੁਖ ਜੀ ਏਕੋ ਇਕ ਅਦਵੈਤ ਰੂਪ ਹਾਰੇ ਨਿਰਗੁਣ ਬ੍ਰਹਮ ਜੀ ਉਨ੍ਹਾਂ ਦੇ ਪਰਮ ਪੂਜਨੀਕ ਸਰਗੁਣ ਸਰੂਪ ਪਰਮ ਪੂਜਨੀਕ ਧੰਨ ਸੱਚੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਿਰਗੁਣ ਸਰਗੁਣ ਆਪੇ ਸੋਈ ਪੂਰਨ ਬ੍ਰਹਮ ਸਰੂਪ ਜੀ ਨੂੰ ਆਪਣੇ ਮਨ ਵਿਚ ਵਸਾ ਕੇ ਰੱਖਦੇ ਹਨ ਸਰੀਰਾਂ ਵਕਾਰਾਂ ਧਨ ਪਦਾਰਥ ਜ਼ਮੀਨ ਜਾਇਦਾਦ ਕਾਰੋਬਾਰ ਦੇ ਮੋਹ ਰਜੋ ਤਮੋ ਸਤੋ ਤ੍ਰਿਗੁਣੀ ਮਾਇਆ ਦੇ ਸੰਗ ਲੇਪੋ ਲਿਪਾਏ ਮਾਨ ਖਚਤ ਨਹੀਂ ਹੁੰਦੇ ਜਥਾ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਸਰਵਤਰ ਰਮਣੰ ਗੋਬਿੰਦ ਨਾਨਕ ਲੇਪ ਛੇਪ ਨ ਲਿਪਿਅਤੇ ਅੰਧਕਾਰ ਦੀਪਕ ਪਰਗਾਸੇ ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ਪਰਮ ਪੂਜਨੀਕ ਧੰਨ ਵਾਹਿਗੁਰੂ ਸੱਚੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਧਾਰਨੇ ਗਗਨ ਨਵ ਖੰਡ ਮਹਿ ਜੋ ਤੇ ਸਵਰੂਪੀ ਰਹਿਓ ਭਾਰੇ ਭਾਨੇ ਮਸੁਰਾ ਕਛੋ ਭੇਦੋ ਨਹੀਂ ਗੋਰ ਅਰਜੁਨ ਪ੍ਰਤਾਖੇ ਹਾਰੇ ਮਹੱਲਾ ਪੰਜਵਾਂ ਸਾਹਿਬ ਜੀ ਫਰਮਾਉਂਦੇ ਹਨ ਹਾਰੇ ਰਸ ਪੀਣ ਵਾਲੇ ਅਮਰ ਪੁਰਖ ਅੱਠੇ ਪਹਿਰ ਨਾਮ ਜਪਣ ਜਪਾਉਣ ਵਾਲੇ ਆਪਣੇ ਮਨ ਚ ਵਾਹਿਗੁਰੂ ਜੀ ਨੂੰ ਵਸਾਉਣ ਵਾਲੇ ਪ੍ਰੇਮੀ ਨਾਮ ਰਸੀਏ ਮਹਾਨ ਪਰਪਕਾਰੀ ਗੁਰ ਪਿਆਰੇ ਸਚਿਆਰੇ ਮਹਾਂਪੁਰਸ਼ ਗੁਰਸੇਵਕ ਜੀ ਦੇ ਹਿਰਦੇ ਚ ਅਗਿਆਨ ਦੇ ਅੰਧਕਾਰ ਹਨੇਰੇ ਚ ਪੂਰੇ ਗੁਰੂ ਜੀ ਦੁਆਰਾ ਗੁਰਸ਼ਬਦ ਅਥਵਾ ਗਿਆਨ ਰੂਪੀ ਦੀਵਾ ਅਥਵਾ ਬ੍ਰਹਮ ਰੂਪੀ ਦੀਪਕ ਦੀਵਾ ਪਰਗਾਸੇ ਜਗੇ ਹਨ ਤਹ ਤਿੱਥੇ ਗੁਰਸੇਵਕ ਜੀ ਦੇ ਹਿਰਦੇ ਤੋਂ ਭਰਮ ਅਨੇਕ ਪ੍ਰਕਾਰ ਦਾ ਮੋਹ ਤੇ ਅਨੇਕ ਤਰ੍ਹਾਂ ਦੇ ਦੁੱਖ ਨਾਸੇ ਨਸ ਗਏ ਹਨ ਤਪ ਤੇ ਮਾਹੇ ਠਾਂਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਭਾਈ ਪਰਮ ਪੂਜਨੀਕ ਵਾਹਿਗੁਰੂ ਮਹੱਲਾ ਪੰਜਵਾਂ ਜੀ ਫਰਮਾਉਂਦੇ ਹਨ ਦਾਸਨ ਦਾਸ ਨੇ ਗੁਰੂ ਜੀ ਦੀ ਅਤਿ ਪਿਆਰੀ ਸਾਧ ਸੰਗਤ ਜੀ ਚ
ਅਜਪਾ ਜਾ ਵਾਹਿਗੁਰੂ ਜੀ ਜਪੇ ਜਪਾਏ ਅੰਗ 665। ਧੰਨ ਗੁਰੂ ਪ੍ਰੇਸ਼ਰ ਜੀ ਨੇ ਸਾਚ ਨਾਮ ਕੀ ਅੰਮ੍ਰਿਤ ਵਰਖਾ ਕਰਕੇ ਤਿਸਨਾ ਫੈਸ਼ਨ ਲੋਭ ਹੇਤ ਰੋਗ ਵਕਾਰ ਈਰਖਾ ਵੈਰ ਕ੍ਰੋਧ ਦੀ ਤਪ ਤੇ ਤਪਸ਼ ਮਾਹੇ ਵਿਚ ਦਰਸ਼ਨ ਦਾਸ ਦੇ ਹਿਰਦੇ ਚ ਕਲ ਜੋਗੇ ਰਾਥੋ ਅਗਨ ਕਾ ਕੂੜ ਅਗੈ ਰਸਵਾਹੁ ਅਗਨ ਸਾਗਰ ਬੂਡਤ ਸੰਸਾਰਾ ਅਨਸਾਰ ਅਗ ਦੇ ਸਮੁੰਦਰ ਸੰਸਾਰ ਚ ਸਾਰੇ ਦੋਸ਼ਾਂ ਪਾਪਾਂ ਔਗੁਣਾਂ ਦੀ ਨਿਵਰਤੀ ਰੂਪ ਠਾਂਡ ਠੰਡ ਵਰਤਾਈ ਹੈ ਕਾਲ ਸਿਆਣਪ ਓਕ ਤੇ ਨਾ ਮੇਰੀ ਪੂਰੇ ਗੁਰੂ ਕਮਾਈ ਅਨਸਾਰ ਪੂਰੇ ਗੁਰੂ ਜੀ ਦੀ ਮਹਾਂ ਬਸਮਾਲ ਦਿਅੰਤ ਕਮਾਈ ਵਡਿਆਈ ਕਿਰਪਾ ਦੁਆਰਾ ਹੇ ਭਾਈ ਦਰਸ਼ਨ ਦਾਸ ਦੇ ਦੁੱਖ ਵਿਛੋੜਾ ਇਕ ਦੁੱਖ ਭੂਖ ਇਕ ਦੁੱਖ ਸਖਤ ਵਾਰ ਜਾਂ ਦੂਤ ਵਿਧਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਸੰਸਾ ਇਹੋ ਸੰਸਾਰ ਹੈ ਜਨਮ ਮਰਨ ਵਿਚ ਦੁੱਖ ਸਵਾਇਆ ਅਨੁਸਾਰ ਜਨਮ ਮਰਨ ਰੋਗ ਕਲੇਸ਼ ਵਕਾਰ ਔਗੁਣਾ ਤੇ ਵਾਹਿਗੁਰੂ ਜੀ ਦੇ ਵਿਛੋੜੇ ਦੇ ਦੁੱਖ ਨਾਠੇ ਨੱਠ ਗਏ ਆਨੰਦੋ ਆਨੰਦ ਘਣਾ ਮੈਂ ਸੋ ਪ੍ਰਭੂ ਜੀਠਾ ਰਾਮ ਅਨੁਸਾਰ ਆਨੰਦੋ ਆਨੰਦ ਸਰੂਪ ਬ੍ਰਹਮ ਜੀ ਪ੍ਰਾਪਤ ਪਿਆ ਹੋ ਗਏ ਹਨ ਜਸਾ ਠਾਂਡੇ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਸਾਂਤ ਪਾਈ ਗੋਰੇ ਸਤ ਗੋਰੇ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਬਲ ਤੋ ਜਲ ਤੋ ਤੋਕਿਆ ਗੌਰ ਚੰਦਾ ਨੂੰ ਸੀਤ ਲਾਇਓ ਅਗਿਆਨ ਅੰਧੇਰਾ ਮੇਟ ਗਿਆ ਗੁਰ ਗਿਆਨ ਨੂੰ ਜੀ ਪਾਇਓ ਮਾ ਜੋ ਮਹੱਲਾ ਪੰਜਵਾ ਹੁਕਮੀ ਵਰਸਨ ਲਾਗੇ ਮੇਹਾ ਸਾਜਨ ਸੰਤ ਮੇਲ ਨਾਮ ਜਪੇਹਾ ਸੀਤਲ ਸਾਂਤ ਸਹਜ ਸੁਖ ਪਾਇਆ ਠਾਂਡ ਪਾਈ ਪ੍ਰਭੇ ਆਪੇ ਜੀਓ ਸਭੂ ਕਿਛੋ ਬਹੁਤ ਬਹੁਤ ਉਪਾਇਆ ਕਰ ਕਿਰਪਾ ਪ੍ਰਭੇ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰਾ ਜੀ ਜੰਤ ਸਾਬੇ ਧਰਾਪੇ ਜੀਓ ਸੱਚਾ ਸਾਹਿਬੋ ਸੱਚੀ ਨਾਈ ਗੁਰ ਪ੍ਰਸਾਦ ਤੇ ਸੋ ਸਦਾ ਧਿਆਈ ਜਨਮ ਮਰਨ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਓ ਸਾਸੇ ਸਾਸੇ ਨਾਨਕੋ ਸਾ ਲਾਹੇ ਸਿਮਰਤ ਨਾਮ ਕਾਟੇ ਸਾਬੇ ਫਾਹੇ ਪੂਰਨ ਆਸ ਕਰੀ ਖੇਨ ਭੀਤਰੇ ਹਾਰੇ 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 ਗੁਣ ਜਾਪੇ ਜੀਓ ਅਮੋਲਕ ਸਾਖੀ ਧੰਨ ਹਨ ਧੰਨ ਹਨ ਧੰਨ ਹਨ ਵਾਹਿਗੁਰੂ ਸੱਚੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹਨ ਆਪਣੇ ਮਹਾਂ ਬਿਸਮਾਦ ਅਜਪਾ ਜਾਪ ਪਰਮ ਪਾਕ ਨਿਰਗੁਣ ਸਰੂਪ ਜੀ ਦੁਆਰਾ ਅਨੰਤ ਸੂਰਜਾਂ ਚੰਦਰਮਿਆਂ ਬਿਜਲੀਆਂ ਅਗਨੀਆਂ ਟਟਿਆਣਿਆਂ ਨੂੰ ਹੁਣ ਪ੍ਰਕਾਸ਼ ਰਹੇ ਹਨ ਜਾ ਕਿ ਦ੍ਰਿਸ਼ ਤੇ ਅੰਮ੍ਰਿਤ ਧਾਰ ਕਾਲੁਖ ਖਾਨੇ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਭਾਰੀ ਬੀਰਸ ਅੰਮ੍ਰਿਤ ਦੇ ਦਾਤੇ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 1761 ਸੰਮਤ 6 ਪੋਹ ਦੀ ਠੰਡੀ ਠਾਰ ਵੈਰਾਗ ਤਿਆਗ ਵਾਲੀ ਕਾਲੀ ਰਾਤ ਨੂੰ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਜੀ ਤੋਂ ਤੁਰੇ ਮਾਨੋ ਤਾਨੋ ਕਾਟ ਦਿਓ ਗੁਰ ਆਗੈ ਜਿਨ ਹਰ ਪ੍ਰਭ ਮਾਰਗੋ ਪੰਥ ਦਿਖਈਆ ਅਨੁਸਾਰ ਗੁਰੂ ਪਿਆਰੇ ਸਵਾਰੇ ਸਤਕਾਰੇ ਗੁਰੂ ਲਾਡਲੇ ਸਿੰਘ ਸਾਹਿਬਾਨ ਜੀ ਬੜੀ ਭਾਰੀ
ਸ਼ੂਰਮਗਤੀ ਬਹਾਦਰੀ ਨਾਲ ਜ਼ਾਲਮਾਂ ਨਾਲ ਲੜਦਿਆਂ ਸ਼ਹੀਦੀਆਂ ਪਾਉਂਦਿਆਂ ਤੁਰੇ ਆਏ। ਅੰਗ 666। ਸ੍ਰੀ ਗੁਰੂ ਸਾਹਿਬ ਜੀ ਨੇ ਸਰਸਾ ਨਦੀ ਕਿਨਾਰੇ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਜੀ ਵਿਖੇ ਸੁੰਦਰ ਦੀਵਾਨ ਸਜਾਏ, ਸ੍ਰੀ ਆਸਾ ਜੀ ਦੀ ਵਾਰ ਦਾ ਰਸ ਬਿਨਾ ਕੀਰਤਨ ਕੀਤਾ। ਸੱਚੇ ਗੁਰੂ ਜੀ ਦੇ ਅਤਿ ਰਾਥ ਬਹਾਦਰਾਂ, ਸੂਰਬੀਰਾਂ, ਦਲੇਰਾਂ, ਸ਼ੇਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਰੋਪੜ ਤੱਕ 1,00,000 ਜ਼ਾਲਮ ਕੱਟ ਵੱਢ ਕੇ ਸੱਥਰ ਵਛਾ ਦਿੱਤੇ, ਜੰਮਪੁਰ ਪਹੁੰਚਾ ਦਿੱਤੇ। ਰੋਪੜ ਵਿਖੇ ਗੁਰੂ ਪ੍ਰੇਮੀ ਭਗਤ ਅਤਿਅੰਤ ਸ਼ਰਧਾਲੂ ਗੁਰੂ ਜੀ ਦੇ ਬਖਸ਼ੇ ਹੋਏ ਨਿਹੰਗ ਖਾਂ ਜੀ ਦਾ ਪੱਠਾ ਸੀ। ਗੁਰਮੁਖ ਨਿਹੰਗ ਖਾਂ ਜੀ ਦੇ ਮਜ਼ਦੂਰਾਂ ਨੂੰ ਗੁਰੂ ਪਰਿਸ਼ਦ ਜੀ ਨੇ ਪੁੱਛਿਆ, ਭਾਈ ਸ੍ਰੀ ਰਹਿਰਾਸ ਸਾਹਿਬ ਜੀ ਪੜ੍ਹਨ ਲਈ ਥਾਂ ਦੱਸੋ। ਬੇਵਕੂਫਾਂ ਨੇ ਤਰਕ ਨਾਲ ਕਿਹਾ, ਆਹ ਰੋੜਾਂ ਦਾ ਮਚਦਾ ਪੱਠਾ ਹੈ। ਗੁਰੂ ਜੀ ਦੇ ਅਤਿਅੰਤ ਪਿਆਰੇ ਨੀਲੇ ਘੋੜੇ ਨੇ ਪੌੜ ਰੱਖੇ ਤਾਂ ਪੱਠਾ ਠੰਡਾ ਹੋ ਗਿਆ। ਜੈਸਾ ਬਲ ਤੋਂ ਜਲ ਤੋਂ ਤੌਕਿਆ, ਗੁਰਚੰਦਾਂ ਨੂੰ ਸ਼ੀਤ ਲਾਇਓ, ਨੀਲੇ ਦੇ ਪੌੜਾਂ ਦੇ ਨਿਸ਼ਾਨ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੀ ਚ ਹੁਣ ਹਾਜ਼ਰ ਹਨ। ਪ੍ਰੇਮੀ ਸ਼ਰਧਾਲੂ ਹਰ ਸਮੇਂ ਦਰਸ਼ਨ ਕਰਕੇ ਨਮਸਕਾਰਾਂ ਕਰਦੇ ਰਹਿੰਦੇ ਹਨ। ਗੁਰਮੁਖ ਪਿਆਰੇ ਵਡਭਾਗੇ ਸੁਭਾਗੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਦੁਸ਼ਾਲਾ ਵਛਾ ਦਿੱਤਾ, ਸੱਚੇ ਪਾਤਸ਼ਾਹ ਜੀ ਸਦ ਗਏ, ਕੰਘਾ ਕਰਕੇ ਸ੍ਰੀ ਰਹਿਰਾ ਸਾਹਿਬ ਜੀ ਦਾ ਪਰਮ ਪਵਿੱਤਰ ਅੰਮ੍ਰਿਤ ਪਾਠ ਕੀਤਾ। ਸ੍ਰੀ ਪੱਠੇ ਸਾਹਿਬ ਜੀ ਦੇ ਮਾਲਕ ਗੁਰਮੁਖ ਪਿਆਰੇ ਨਿਹੰਗ ਖਾਂ ਜੀ ਦਾ ਨਗਰ ਕੋਟਲਾ ਨਿਹੰਗ ਖਾਂ ਪਾਸ ਹੀ ਹੈ। ਜਿਉਂ ਹੀ ਇਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਪਰਿਸ਼ਦ ਜੀ ਆਪ ਆਏ ਹਨ, ਬੜੇ ਹੀ ਪਿਆਰ ਉਮਾ ਉਤਸ਼ਾਹ ਨਾਲ ਪ੍ਰੇਮ ਭੇਟਾਵਾਂ ਲੈ ਕੇ ਤੇਰੀ ਦਾਸੀ ਬਣ ਕੇ ਭੱਜੇ ਭੱਜੇ ਆਏ। ਗੁਰੂ ਪਰਿਸ਼ਦ ਜੀ ਦੇ ਪਰਮ ਪਵਿੱਤਰ ਸੁਭ ਸੱਚੇ ਚਰਨ ਕਮਲਾਂ ਤੇ ਆਪਣਾ ਮੱਥਾ ਰੱਖਿਆ, ਸੀਸ ਨਿਹਾਰੋ ਚਰਨ ਤਾਲੇ ਧੂਰ ਮੁਖੇ ਲਾਵੋ, ਨਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਈ ਅਨੁਸਾਰ। ਬੜੀ ਹੀ ਦੀਨਤਾ ਗਰੀਬੀ ਨਾਲ ਪ੍ਰੇਮ ਬੇਨਤੀ ਕੀਤੀ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ, ਨੌਕਰ ਮਹਾਂਮੂਰਖ ਹਨ, ਇਨ੍ਹਾਂ ਦੀ ਗਲਤੀ ਦੀ ਮਾਫ਼ੀ ਬਖਸ਼ੋ ਜੀ। ਦਰਸ਼ਨ ਦਾਸ ਨੂੰ ਆਪ ਜੀ ਨੇ ਜੋ ਗਰੀਬ ਖਾਨਾ ਬਖਸ਼ਿਆ ਹੈ, ਇਸ ਚ ਪਰਮ ਪਵਿੱਤਰ ਸੁੰਦਰ ਸੋਹਣੇ ਸੱਚੇ ਮਿੱਠੇ ਪਿਆਰੇ ਚਰਨ ਕਮਲ ਪਾਉ ਜੀ। ਅਸੰਖ ਜਪ ਅਸੰਖ ਭਾਉ ਅਨੁਸਾਰ, ਅਸੰਖ ਪ੍ਰੇਮ ਸਹਿਤ ਪੂਰਨ ਬਸਮਾਦ ਇਕਾਗਰਤਾ ਨਾਲ ਸਭ ਸੱਚੀ ਪ੍ਰੇਮ ਬੇਨਤੀ ਕੀਤੀ, ਲੱਖ ਖੁਸ਼ੀਆਂ ਪਾਈਆਂ। ਗੁਰੂ ਪ੍ਰਿੰਸਦ ਜੀ ਨੇ ਢਾਲ ਪੇਸ਼ ਕਬਜ ਸ੍ਰੀ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਕੀਤੀ, ਸਭ ਅਮੋਲਕ ਵਰ ਵੀ ਬਖਸ਼ੇ। ਹੇ ਪਿਆਰੇ ਜੀ, ਪੂਰਨ ਪ੍ਰੇਮ ਸਹਿਤ ਇਨ੍ਹਾਂ ਦਾ ਮੰਨਣ ਪੂਜਨ ਕਰਨਾ ਨਿਹਾਲ ਹੋਵੋਗੇ। ਨਿਹਾਲ 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 ਸੋ ਗੁਰੂ ਪ੍ਰਿੰਸਦ ਜੀ ਦੇ ਸੁੰਦਰ ਨੀਲੇ ਘੋੜੇ ਦੇ ਪੌੜਾਂ, ਗੁਰੂ ਜੀ ਦੇ ਪਰਮ ਪਵਿੱਤਰ ਪਰਮ ਪੂਜਨਿਕ ਸੱਚੇ ਚਰਨ ਕਮਲ ਪਾਉਣੇ ਕਰਕੇ ਮੱਚ ਦਾ ਪੱਠਾ ਠੰਡਾ ਹੋ ਗਿਆ। ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੀ ਸਜ ਰਹੇ ਹਨ, ਇੱਥੇ ਨੀਲੇ ਦੇ ਪੌੜ ਹਨ, ਇਹ ਤਪਤ ਚ ਠੰਡ ਵਰਤਾ ਦਿੱਤੀ। ਇੱਥੇ ਲਿਖਾ ਹੈ, ਤਪਤ ਮਾਹੇ ਠਾਂਡੇ ਵਰਤਾਈ, ਆਨੰਦ ਭਇਆ ਦੁਖ ਨਾਠੇ ਭਾਈ। ਅੰਗ 667। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪੂਰਨ ਮਿਹਰਵਾਨ ਅੰਤ ਕਲਾਵਾਨ ਸਾਧੂ ਗੁਰੂ ਪਰਿਸਰ ਮਹੱਲੇ ਚੌਥੇ ਜੀ ਦੇ ਪੂਰਨ ਉਪਦੇਸੇ। ਉਪਦੇਸ਼ ਨੂੰ ਪ੍ਰਾਪਤ ਕਰਕੇ ਦਰਸ਼ਨ ਦਾਸ ਦੇ ਜਨਮ ਮਰਨ ਦੇ ਕਸ਼ਟ ਦੇ ਅੰਦੇਸੇ ਸੰਸੇ ਮਿਟ ਗਏ। ਜਥਾ ਹੋ ਮਾਂ ਨੂੰ ਅਰਪੀ, ਸਾਬੋ ਤਾਂ ਨੂੰ ਅਰਪੀ, ਅਰਪੀ ਸਾਬੇ ਦੇਸਾ ਹੋ ਸੈਰੋ ਅਰਪੀ, ਤੇ ਸੋ ਮੀਤ ਪਿਆਰੇ ਜੋ ਪ੍ਰਭੋ ਦੇ ਸੰਦੇਸਾ। ਅਰਪਿਆ ਤਾਂ ਸੀ ਸੋ ਸੁਥਾਨ ਗੌਰ ਪਹਿ, ਸੰਗ ਪ੍ਰਭੂ ਦਿਖਾਇਆ
खेन माहे सगला दुखो मिटया मनहु चिंदया पाया देनु रैने रलिया करै कामा ने मिटे सगल अंदेसा बिनवंते नानको कंतो मिलया लोड़ते हम जैसा जमन मरन कष्ट बारे सर्वव्यापी महा बसमा तुरे मई गुर प्रसाद सो विचार जिमें सुनियारा तार नू पतली करन लई जंतरी ते बरीक शेक विच दी खिचदा है तिवे बच्चे नू जमन वेले बहुत ही कष्ट हुंदा है जिस करके रोन दी आवाज आउंदी है। कई बच्चे जमदे ही मर जांदे हन, कई बच्चे पुठे जमदे हन। बिच्छू दी खुड सामने पत्थर रखण तों पत्थर ते डंग मारन तों सांखिया जहर बनदी है। शास्त्रां च 70,000 बिच्छू दे डंग जितना मरन दा बड़ा भारी कष्ट दस्या है। मौत समय कष्ट आउण तों मल मूत्र निकल जांदा है। गुरता विराजमान गुरु परिषद जी अपने खरे प्यारे सच्चियारे सिख सेवक ज्योंदे ज्योंदे नूं ही अपने व्यापक सरूप च लीन कर लैंदे हन। अपने प्रेमी जी दे लूह नूं च वस के महा बिस्माद कागरता बख्शदे हन। उस दे कष्ट अपने ते सहार लैंदे हन। भौ चूका निरभौ होए बसे वाहिगुरु महला पंजवा जी गुरप्रसाद नानक साचो कह अनुसार सच 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 कह रहे हन। पूरे गुरु साहबान जी दे पूरे उपदेश सर्वव्यापी अगम पार प्रकाश रूप महा बिस्माद सची कृपा ही कृपा द्वारा दर्शन दसदा परोकत सत प्रकार दा अते हर तरह दा भौ चूका चुकया गया है। हुण निरभौ पै तो रहत होए के गुर चरण कमला च वसे वस रहा है। जथा निरभौ जपै सगल भौ मिटै सब पै मिटहे तुम्हारा नाए निरभौ होए रहे लिव एकै नानक हर मानु मानी सगल ब्याह दे मन ते खै नसे दर्शन दास गरीब दे खै नास करन वाले काम क्रोध लोह मोहंकार अवगुण वैर वकार सारे ब्याह दे रोग मन तो नस गए। यथा सर्व सिद्ध कार्ज साबे सवरे अहं रोग सगल ही खया कोट पराध खेन मह खो पई है गुर मिल हारे हारे कहया। अंग 668 जिसका साथ तेन कृपा धारी साध सांगे जापे नाम मुरारी जिन्ना गुरु परिषद जी दा तुमरी सारे ने तुम्हारी आसा तुम्ही सज्जन सुहेले रखो रखन हार दयाला नानक करके गोले अनुसार दर्शन दास गोला मरीज गुलाम सेवक है तिन्हां ने आप ही महा बिस्माद कृपा धारना कीती है। कृपा दे सदके साध वाहिगुरु महले चौथे जी दे परम पवित्र सच्चे चरण कमला संग लग के अथवा साध संगत जी नाल मिल के मुरारी वाहिगुरु वाहिगुरु अकाल पुरख जी दे परम पवित्र सब सच्चे नाम नूं दासन दास गरीब जापे जपदा जपौंदा है। जसा साध सांगे जपै निरंकारो छेते पाई चुके प्रम गवन सोने नानक हारे हारे जासो श्रवन परम पूजनीक धन वाहिगुरु सच्चे सतगुरु श्री गुरु नानक देव साहिब महला पंजवा जी फरमाउंदे हन हारे सर्वव्यापी सर्व दे आधार हुंदे आ आप निराधार सर्व प्रकाशक हुंदे आ आप सते प्रकाश स्वरूप अंत कलावान सत सदा मेहरबान निर्गुण ब्रह्म जी जोगु जुग साचा है पी होसी अते हारे सरगुण स्वरूप वाहिगुरु गुरु परिषद जी दे परम पवित्र सुभ सच्चे जास गुर शब्द जी नू कोटे करन दीजहे प्रभ प्रीतम
हरि गुण सुनिए है अविनाशी राम अनुसार कोटान कोटे सर्वन कन्ना द्वारा दासन दास पूर्ण श्रद्धा ते विश्वास यकीन भरोसे सहित सुनदा है। सुनने करके दासन दास ने पूर्ण ब्रह्म जी च स्थित स्थिति पाई है, जिस करके 84 लाख जून च गवन जान दे ब्रह्म भ्रमण भटकन चुके गए। जैसा मेत गए गवन पाए विश्राम, नानक प्रभ कै साध कुर्बान